ਜ਼ਿਲ੍ਹਾ ਹੁਸ਼ਿਆਰਪੁਰ ਦੇ ਕਸਬਾ ਕੋਟ ਫਤੂਹੀ ਦੇ ਲਾਗੇ ਪਿੰਡ ਮੰਨਣਹਾਣਾ ਵਿਖੇ ਸ਼੍ਰੀਮਾਨ 108 ਸੰਤ ਬਾਬਾ ਹਰੀ ਸਿੰਘ ਜੀ ਨੇਕੀ ਵਾਲਿਆਂ ਦੇ ਯਾਦ ਵਿੱਚ ਉਸਾਰੇ ਗੁਰਦੁਆਰਾ ਹਰੀਸਰ ਸਾਹਿਬ ਦੇ ਜ਼ਮੀਨ ਦੋਰ ਸਟੇਡੀਅਮ ਵਿੱਚ ਕੁਸ਼ਤੀਆਂ ਦੇ 30ਵੇਂ ਭਾਰਤੀ ਕੇਸਰੀ ਗੱਭਰੂਆਂ ਲਈ ਅਤੇ 18ਵੇਂ ਭਾਰਤ ਕੇਸਰੀ ਮੁਟਿਆਰਾਂ ਲਈ ਕੁਸ਼ਤੀ ਮੇਲੇ ਦਾ ਆਯੋਜਨ 12 ਅਤੇ 13 ਮਾਰਚ 2016 ਨੂੰ ਕੀਤਾ ਗਿਆ। ਇਹ ਸਮੁੱਚਾ ਕੁਸ਼ਤੀ ਖੇਡ ਮੇਲਾ ਗੁਰਦੁਆਰਾ ਹਰੀਸਰ ਅਤੇ ਕੁਟੀਆ ਅਮਰੂਦਾਂ ਵਾਲੀ ਦੇ ਮੁੱਖ ਸੰਚਾਲਕ ਸੰਤ ਬਾਬਾ ਬਲਵੀਰ ਸਿੰਘ ਜੀ ਅਤੇ ਸੰਤ ਬਾਬਾ ਜਸਵੰਤ ਸਿੰਘ ਜੀ ਦੀ ਸਰਪ੍ਰਸਤੀ ਹੇਠ ਕਰਵਾਇਆ ਗਿਆ। ਸ਼੍ਰੀਮਾਨ 108 ਸੰਤ ਬਾਬਾ ਜਸਵੰਤ ਸਿੰਘ ਜੀ ਨੇ ਆਸ਼ੀਰਵਾਦ ਦੇ ਕੇ ਕੁਸ਼ਤੀਆਂ ਦੀ ਸ਼ੁਰੂਆਤ ਕਰਵਾਈ ਅਤੇ ਪਹਿਲਵਾਨਾਂ ਨੂੰ ਹੱਲਾਸ਼ੇਰੀ ਦਿੱਤੀ। ਸਲਾਨਾ ਕੁਸ਼ਤੀ ਮੇਲੇ ਦੇ ਵਿਸ਼ੇਸ਼ ਸਹਿਯੋਗੀ ਸਰਦਾਰ ਭੁਪਿੰਦਰ ਸਿੰਘ ਹੋਰਾਂ ਨੇ ਚੱਲ ਰਹੇ ਖੇਡ ਮੇਲੇ ਸੰਬੰਧੀ ਆਪਣੀ ਪ੍ਰਸੰਨਤਾ ਦਾ ਪ੍ਰਗਟਾਵਾ ਕਰਦੇ ਹੋਏ ਕਿਹਾ ਕਿ 108 ਸੰਤ ਬਾਬਾ ਨੇਕੀ ਵਾਲਿਆਂ ਦੀ ਯਾਦ ਵਿੱਚ ਦੋਹਰੇ ਭਾਰਤ ਕੇਸਰੀ ਟੂਰਨਾਮੈਂਟ ਜੋ ਅਸੀਂ ਇਹ ਉਹਨਾਂ ਦੀ ਕਿਰਪਾ ਦਾ 1987 ਵਿੱਚ ਸ਼ੁਰੂ ਹੋਏ ਸੀ। ਪਹਿਲਾਂ ਇਹ ਸਿਰਫ ਗੱਭਰੂਆਂ ਵਾਸਤੇ ਟੂਰਨਾਮੈਂਟ ਸੀ। ਉਹਨਾਂ ਦੀ ਕਿਰਪਾ ਸਦਕਾ 12 ਸਾਲ ਬਾਅਦ ਇਹ ਮੁਟਿਆਰਾਂ ਵਾਸਤੇ ਵੀ ਭਾਰਤ ਕੇਸਰੀ ਟੂਰਨਾਮੈਂਟ ਸ਼ੁਰੂ ਕੀਤਾ ਹੈ, ਜਿਹੜਾ ਕਿ ਬੜੀ ਕਾਮਯਾਬੀ ਦੇ ਨਾਲ ਅੱਜ ਕੱਲ੍ਹ ਚੱਲ ਰਿਹਾ। ਇਹ ਹੁਣ 30ਵੇਂ ਸਾਲ ਦੇ ਵਿੱਚ ਪਹੁੰਚਿਆ, ਜੋ ਸਾਨੂੰ ਫਖਰ ਮਹਿਸੂਸ ਹੋ ਰਿਹਾ ਕਿ ਅਸੀਂ 30 ਸਾਲ ਦੀ ਸੇਵਾ ਵਿੱਚ ਇਹ ਟੂਰਨਾਮੈਂਟ ਲੈ ਪਹੁੰਚਾ ਸਕੇ ਹਾਂ। ਤੋ ਐਡਾ ਲੰਮਾ ਟੂਰਨਾਮੈਂਟ, ਇੰਨਾ ਸਮਾਂ ਕੋਈ ਅੱਜ ਤੱਕ ਨਹੀਂ ਚੱਲਿਆ ਜਿਹੜਾ ਕਿ ਇਹ ਟੂਰਨਾਮੈਂਟ ਚੱਲਿਆ। ਬਾਕੀ ਇਸ ਟੂਰਨਾਮੈਂਟ ਦੇ ਵਿੱਚ ਹਿੱਸਾ ਲੈਣ ਵਾਸਤੇ ਵਿਦੇਸ਼ਾਂ ਤੋਂ ਪਹਿਲਵਾਨ ਵੀ ਆਉਂਦੇ ਹਨ, ਜਿਨ੍ਹਾਂ ਦੀ ਰੈਫਰੀ ਸਾਡੇ ਵੀ ਵਿਦੇਸ਼ ਟ੍ਰੇਨਡ ਆਪਣੇ ਜੋ ਸਾਡੇ ਕੋਚਿਸ ਨੇ ਉਹ ਕਰਦੇ ਹਨ। ਇਸ ਟੂਰਨਾਮੈਂਟ ਦੀ ਵੱਡੀ ਵਿਸ਼ੇਸ਼ਤਾ ਇਹ ਹੈ, ਇੱਥੇ ਕਦੇ ਵੀ ਅੱਜ ਤੱਕ ਕਿਸੇ ਨਾਲ ਕੋਈ ਜ਼ਿਆਦਤੀ ਨਹੀਂ ਹੋਈ, ਨਿਰਪੱਖਤਾ ਦੇ ਨਾਲ ਚੱਲ ਰਹੇ ਹਾਂ। ਬਾਕੀ ਭਲਵਾਨਾਂ ਦੇ ਹੋਰ ਇੱਥੇ ਰਹਿਣ ਦਾ ਸਹਿਣ ਦਾ ਸਾਰਾ ਪ੍ਰਬੰਧ ਵੱਖਰਾ ਹੁੰਦਾ ਅਤੇ ਉਹਨਾਂ ਦੇ ਲੰਗਰ ਪਾਣੀ ਦਾ ਵੀ ਅਰੇਂਜਮੈਂਟ ਖੁੱਲ੍ਹੇ ਤਰੀਕੇ ਨਾਲ ਦੇਸੀ ਘਿਓ ਦੇ ਨਾਲ ਵਰਤਾ ਕੇ ਅਸੀਂ ਉਹਨਾਂ ਦੀ ਸੇਵਾ ਕਰਦੇ ਹਾਂ। ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਦੇ ਕੋਈ 200 ਦੇ ਕਰੀਬ ਮਹਿਲਾ ਅਤੇ ਪੁਰਸ਼ ਪਹਿਲਵਾਨਾਂ ਨੇ 2 ਦਿਨ ਲਗਾਤਾਰ 10,000 ਦੇ ਕਰੀਬ ਇਕੱਠੇ ਹੋਏ ਕੁਸ਼ਤੀ ਪ੍ਰੇਮੀਆਂ ਦੇ ਸਾਹਮਣੇ ਆਪਣੇ ਹੁਨਰ ਦਾ ਪ੍ਰਗਟਾਵਾ ਕੀਤਾ। ਸਮੂਹ ਪ੍ਰਬੰਧਕਾਂ, ਕੋਚਾਂ ਅਤੇ ਪਹਿਲਵਾਨਾਂ ਲਈ ਗੁਰਦੁਆਰਾ ਹਰੀਸਰ ਮੰਨਣਹਾਣਾ ਵੱਲੋਂ ਹਰ ਸਾਲ ਮੁਫ਼ਤ ਫਲ, ਲੰਗਰ ਅਤੇ ਰਿਹਾਇਸ਼ ਦਾ ਉੱਤਮ ਪ੍ਰਬੰਧ ਕੀਤਾ ਜਾਂਦਾ ਹੈ। ਇੰਨੇ ਵੱਡੇ ਖੇਡ ਮੇਲੇ ਨੂੰ ਹਰ ਪੱਖੋਂ ਸਫਲ ਬਣਾਉਣ ਲਈ ਤਜਰਬੇਕਾਰ ਪ੍ਰਬੰਧਕਾਂ ਦੀ ਇੱਥੇ ਕਦੇ ਘਾਟ ਨਹੀਂ ਹੋਈ, ਸਗੋਂ ਸਭ ਨਿਸ਼ਕਾਮ ਸੇਵਾ ਹਿੱਤ ਆਪਣੀ ਆਪਣੀ ਡਿਊਟੀ ਨਿਭਾਉਂਦੇ ਹਨ। ਇਹਨਾਂ ਵਿੱਚੋਂ ਸ਼੍ਰੀ PR ਸੋਂਦੀ, ਪ੍ਰੋਫੈਸਰ ਸ਼ੀਤਲ ਸਿੰਘ, ਸਰਦਾਰ ਕੁਲਜੀਤ ਸਿੰਘ, ਸਰਦਾਰ ਰਣਜੋਤ ਸਿੰਘ, ਸਰਦਾਰ ਭੁਪਿੰਦਰ ਸਿੰਘ ਲੁਧਿਆਣਾ, ਸਰਦਾਰ JB ਸਿੰਘ ਪਰਮਾਰ, ਸ਼੍ਰੀ ਜ਼ੋਰਾਵਰ ਸਿੰਘ ਚੌਹਾਨ, ਸਰਦਾਰ ਸੋਹਨ ਸਿੰਘ ਅਤੇ ਸੁਖਦੇਵ ਸਿੰਘ ਰਾਏਪੁਰ ਡੱਬਾ ਆਦਿ ਦੇ ਨਾਮ ਜ਼ਿਕਰਯੋਗ ਹਨ। ਪਹਿਲਵਾਨਾਂ ਨੂੰ ਆਸ਼ੀਰਵਾਦ ਦੇਣ ਲਈ ਸੰਤ ਬਾਬਾ ਬਲਵੀਰ ਸਿੰਘ ਜੀ, ਸੰਤ ਬਾਬਾ ਜਸਵੰਤ ਸਿੰਘ ਜੀ, ਸੰਤ ਸਵਰਨ ਸਿੰਘ ਚੰਡੇਰ ਮਹਾਂਪੁਰਖਾਂ ਵਾਲੇ ਅਤੇ ਹੋਰ ਅਨੇਕ ਸੰਤ ਮਹਾਂਪੁਰਸ਼ ਪੂਰਾ ਸਮਾਂ ਹਾਜ਼ਰ ਰਹੇ। ਗੁਰਦੁਆਰਾ ਹਰੀਸਰ ਮੰਨਣਹਾਣਾ ਦੇ ਅਨੰਦ ਸੇਵਕ ਸ਼੍ਰੀ ਜੰਗ ਬਹਾਦਰ ਸਿੰਘ ਪਰਮਾਰ ਨੇ ਕੁਸ਼ਤੀਆਂ ਦੇ ਵਧੀਆ ਸੰਚਾਲਨ ਲਈ ਦੋਨੋਂ ਦਿਨ ਪੂਰਾ ਸਮਾਂ ਹਾਜ਼ਰੀ ਭਰੀ। ਕੈਬਨਿਟ ਮੰਤਰੀ ਸੋਹਨ ਸਿੰਘ ਠੰਡਲ ਨੇ ਵੀ ਪ੍ਰਬੰਧਕਾਂ ਸਮੇਤ ਕੁਸ਼ਤੀਆਂ ਦਾ ਆਰੰਭ ਕਰਵਾਇਆ ਅਤੇ ਜੇਤੂ ਪਹਿਲਵਾਨਾਂ ਨੂੰ ਇਨਾਮ ਤਕਸੀਮ ਕੀਤੇ। ਉੱਗੇ ਕੋਚ ਅਤੇ ਇਸ ਘਰ ਦੇ ਨਿਸ਼ਕਾਮ ਸੇਵਕ ਪ੍ਰੋਫੈਸਰ ਸੀਤਲ ਸਿੰਘ ਜੀ ਨੇ ਖੇਡ ਮੇਲੇ ਦੇ ਸੁਚੱਜੇ ਪ੍ਰਬੰਧਾਂ ਦਾ ਜ਼ਿਕਰ ਕਰਦੇ ਹੋਏ ਆਪਣੇ ਵਿਚਾਰ ਪੇਸ਼ ਕੀਤੇ। ਮੈਨੂੰ ਇਹ ਦੱਸਦਿਆਂ ਬਹੁਤ ਖੁਸ਼ੀ ਹੋ ਰਹੀ ਆ ਕਿ 108 ਸੰਤ ਬਾਬਾ ਹਰੀ ਸਿੰਘ ਜੀ ਨੇਕੀ ਵਾਲਿਆਂ ਦੀ ਯਾਦ ਨੂੰ ਸਮਰਪਿਤ ਇਹ ਕੁਸ਼ਤੀ ਦੰਗਲ ਅੱਜ 30ਵੇਂ ਸਾਲ 'ਚ ਆਪਣੇ ਪ੍ਰਵੇਸ਼ ਕਰ ਗਏ ਅਤੇ 30 ਸਾਲ ਪੂਰੇ ਕਰ ਲਏ ਆ। 1986 ਵਿੱਚ ਬਹੁਤ ਛੋਟੀ ਜਿਹੀ ਛਿੰਝ ਤੋਂ ਸ਼ੁਰੂ ਹੋਇਆ ਇਹ ਦੰਗਲ। ਪੰਜਾਬ 'ਚ ਨਹੀਂ, ਹਿੰਦੁਸਤਾਨ 'ਚ ਨਹੀਂ, ਏਸ਼ੀਆ 'ਚ ਨਹੀਂ, ਦੁਨੀਆ ਭਰ ਦੇ ਪੰਜਾਬੀਆਂ ਦੇ ਵਿੱਚ ਬਹੁਤ ਪਾਪੂਲਰ ਆ। ਹਰ ਪੰਜਾਬੀ ਨੂੰ ਮੰਨਣਹਾਣੇ ਦੇ ਦੰਗਲ ਦਾ ਪਤਾ ਆ। ਉਹਦੇ ਕਈ ਕਾਰਨ ਆ ਜੋ ਮੈਂ ਦੇਖਦਾ ਹਾਂ ਵੀ ਅਸੀਂ ਜਿੰਨੇ ਵੀ ਉੱਥੇ ਕੰਮ ਕਰਨ ਵਾਲੇ ਅਸੀਂ ਆਪਣੇ ਆਪ ਨੂੰ ਸੇਵਾਦਾਰ ਸਮਝਦੇ ਹਾਂ। ਸਾਨੂੰ ਖੁਦ ਨਹੀਂ ਪਤਾ ਲੱਗਦਾ ਵੀ 30 ਸਾਲ ਸਾਨੂੰ ਹੋ ਗਿਆ ਉੱਥੇ ਕੰਮ ਕਰਦਿਆਂ ਨੂੰ। ਮੇਰੇ ਨਾਲ ਇੱਕ ਵਾਰੀ ਦਿੱਲੀ ਇੰਟਰਵਿਊ ਵਾਲਿਆਂ ਦੀ TV ਵਾਲਿਆਂ ਦੀ ਗੱਲਬਾਤ ਹੋਈ ਸੀ, ਉਹਨਾਂ ਨੇ ਮੈਨੂੰ ਪੁੱਛਿਆ ਜੀ ਇੱਥੇ ਪ੍ਰਧਾਨ ਕੌਣ ਹੈ? ਮੈਂ ਕਿਹਾ ਜੀ ਕੋਈ ਵੀ ਨਹੀਂ। ਇੱਥੇ ਸੈਕਟਰੀ ਕੌਣ ਹੈ? ਮੈਂ ਕਿਹਾ ਜੀ ਕੋਈ ਵੀ ਨਹੀਂ। ਇਹ ਸਾਰਾ ਕੰਮ ਕਹਿੰਦੇ ਚੱਲਦਾ ਫਿਰ ਕਿੱਦਾਂ? ਮੈਂ ਕਿਹਾ ਜੀ ਬਾਬਿਆਂ ਦੀ ਮਿਹਰ ਨਾਲ ਚੱਲਦਾ। ਸੋ ਇਸ ਗੱਲ ਲਈ ਸਾਨੂੰ ਬਹੁਤ ਪੰਜਾਬੀਆਂ ਨੂੰ ਖੁਸ਼ੀ ਆ ਕਿ ਕੁਸ਼ਤੀ ਨੂੰ ਪ੍ਰਮੋਟ ਕਰਨ ਲਈ ਡੇਰਾ ਮੰਨਣਹਾਣਾ ਵੱਲੋਂ ਬਹੁਤ ਵੱਡੇ ਵੱਡੇ ਨਾਮ ਰੱਖੇ ਗਏ। ਸਭ ਤੋਂ ਪਹਿਲਾਂ ਜਦੋਂ 1 ਲੱਖ ਰੁਪਈਆ ਰੱਖਿਆ ਸੀ ਉਸ ਵੇਲੇ ਇਹ 1 ਲੱਖ ਰੁਪਈਆ ਬਹੁਤ ਇਨਾਮ ਸੀ। ਹੌਲੀ 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 ਜਿਵੇਂ ਬਾਕੀ ਮਹਿੰਗਾਈ ਵੱਧਦੀ ਗਈ, ਅਸੀਂ ਵੀ ਹੁਣ ਇਹਦਾ ਨਾਮ 1,51,000 ਅਤੇ ਬਾਕੀ ਵੀ ਛੋਟੇ ਨਾਮ ਅਸੀਂ ਵਧਾਏ ਆ। ਅਤੇ ਹਿੰਦੁਸਤਾਨ ਦੇ ਸਾਰੇ ਹੀ ਲੜਕੇ ਲੜਕੀਆਂ ਮੱਲ ਜਿਹੜੇ ਆ ਨਾ ਇੱਥੇ ਘੁਲਣਾ ਆਪਣੇ ਆਪ ਦੇ ਵਿੱਚ ਫਖਰ ਮਹਿਸੂਸ ਕਰਦੇ ਆ। ਇਸੇ ਸਾਲ ਟੂਰਨਾਮੈਂਟ ਦੇ ਵਿੱਚ ਇੱਕ ਖਾਸ ਗੱਲ ਜਿਹੜੀ ਵਾਪਰੀ ਆ
ਸਾਡੇ ਕੋਲ ਇੱਕ ਬੁੱਧ ਸਿੰਘ ਪਹਿਲਵਾਨ ਆ, ਸਾਡਾ ਦਰਸ਼ਕ ਹੈ, 30 ਸਾਲ ਤੋਂ ਲਗਾਤਾਰ 1 ਸਾਲ ਮਿਸ ਨਹੀਂ ਕੀਤਾ, ਇੰਗਲੈਂਡ, ਕਨੇਡਾ, ਅਮਰੀਕਾ 'ਚ ਕਿਤੇ ਵੀ ਹੋਵੇ ਉਹ ਆ ਜਾਂਦਾ। ਦਿੱਲੀ ਦਾ ਇੱਕ ਪਹਿਲਵਾਨ ਆ ਜੋਗਿੰਦਰ, ਉਹ ਕਹਿਣ ਲੱਗਾ ਵੀ ਮੈਂ ਭਾਰਤ ਕੇਸਰੀ ਬਣ ਗਿਆ ਲੁਧਿਆਣੇ, ਤਾਂ ਬੁੱਧ ਸਿੰਘ ਕਹਿਣ ਲੱਗਾ ਵੀ ਅਸਲੀ ਭਾਰਤ ਕੇਸਰੀ ਮੰਨਣਹਾਨੇ ਦਾ ਅਸੀਂ ਮੰਨਦੇ ਹਾਂ, ਜੇ ਮੰਨਣਹਾਨੇ ਬਣ ਜਾਵੇ ਤਾਂ ਫਿਰ ਅਸੀਂ ਭਾਰਤ ਕੇਸਰੀ ਮੰਨਾਂਗੇ। ਜੋ ਸਾਡੇ ਭਾਰਤ ਕੇਸਰੀ ਦੀ ਇੰਨੀ ਮਾਨਤਾ ਲੋਕਾਂ ਦੇ ਦਿਲਾਂ ਦੇ ਵਿੱਚ ਆ ਵੀ ਇਹਨੂੰ ਹੀ ਭਾਰਤ ਕੇਸਰੀ ਮੰਨਦੇ ਆ। ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਦੇ 2 ਦਰਜਨ ਦੇ ਕਰੀਬ ਰੈਫਰੀ ਸਾਹਿਬਾਨਾਂ ਤੋਂ ਇਲਾਵਾ ਕੁਸ਼ਤੀ ਮਾਹਰਾਂ ਦੀ ਟੈਕਨੀਕਲ ਟੀਮ ਵੀ ਨਿਯੁਕਤ ਕੀਤੀ ਗਈ ਸੀ ਤਾਂ ਕਿ ਹਰ ਕੁਸ਼ਤੀ ਦਾ ਸਹੀ ਨਤੀਜਾ ਕੱਢ ਕੇ ਪਹਿਲਵਾਨਾਂ ਨੂੰ ਬਣਦਾ ਹੱਕ ਅਦਾ ਕੀਤਾ ਜਾ ਸਕੇ। ਪਹਿਲਵਾਨਾਂ ਨੂੰ ਨਕਦ ਇਨਾਮ ਦੇਣ ਅਤੇ ਦਾਨੀ ਵੀਰਾਂ ਵੱਲੋਂ ਦਿੱਤੀ ਮਾਇਆ ਦਾ ਪਾਈ ਪਾਈ ਦਾ ਲੇਖਾ ਜੋਖਾ ਕਰਨ ਦੀ ਅਹਿਮ ਜ਼ਿੰਮੇਵਾਰੀ ਸਰਦਾਰ ਰਾਮ ਸਰੂਪ ਸਿੰਘ ਬਿੰਜੋ ਅਤੇ ਪ੍ਰਿੰਸੀਪਲ ਬਲਵੀਰ ਸਿੰਘ ਨੇ ਬਹੁਤ ਹੀ ਸੰਜੀਦਗੀ ਨਾਲ ਨਿਭਾਈ। ਜੇਤੂਆਂ ਅਤੇ ਉਪ ਜੇਤੂਆਂ ਨੂੰ ਨਿਵਾਜਣ ਲਈ ਸ਼ਾਨਦਾਰ ਇਨਾਮ, ਟਰਾਫੀਆਂ ਅਤੇ ਟਰੈਕ ਸੂਟ ਦਾ ਵਧੀਆ ਪ੍ਰਬੰਧ ਕੀਤਾ ਗਿਆ ਸੀ। ਪਹਿਲਵਾਨਾਂ ਵਿੱਚੋਂ ਪਦਮ ਸ਼੍ਰੀ ਕਰਤਾਰ ਸਿੰਘ ਸਮੇਤ ਬਹੁਤ ਸਾਰੇ ਹੋਰ ਸਾਬਕਾ ਪਹਿਲਵਾਨ ਵੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ। ਸ਼੍ਰੀ ਸੋਮ ਪ੍ਰਕਾਸ਼ ਜੀ, ਮੁੱਖ ਪਾਰਲੀਮਾਨੀ ਸਕੱਤਰ ਪੰਜਾਬ ਸਰਕਾਰ ਨੇ ਵੀ ਕੁਸ਼ਤੀਆਂ ਸ਼ੁਰੂ ਕਰਵਾਉਣ ਅਤੇ ਇਨਾਮ ਵੰਡਣ ਦੀ ਰਸਮ ਵਿੱਚ ਉਚੇਚੇ ਤੌਰ ਤੇ ਹਿੱਸਾ ਲਿਆ। ਸੰਤ ਹਰੀ ਸਿੰਘ ਨੇਕੀ ਵਾਲਿਆਂ ਦੀ ਯਾਦ ਵਿੱਚ ਬਣੇ ਧਾਰਮਿਕ ਅਸਥਾਨ ਗੁਰਦੁਆਰਾ ਹਰੀਸਰ ਦੇ ਮੁੱਖ ਸੰਚਾਲਕ ਸੰਤ ਬਾਬਾ ਬਲਵੀਰ ਸਿੰਘ ਜੀ ਅਤੇ ਸੰਤ ਬਾਬਾ ਜਸਵੰਤ ਸਿੰਘ ਜੀ ਵੱਲੋਂ ਜੇਤੂ ਅਤੇ ਉਪ ਜੇਤੂ ਗੱਭਰੂ ਅਤੇ ਮਹਿਲਾ ਪਹਿਲਵਾਨਾਂ ਅਤੇ ਉਹਨਾਂ ਦੇ ਕੋਚਾਂ ਨੂੰ ਨਗਦ ਇਨਾਮਾਂ ਤੋਂ ਇਲਾਵਾ ਪ੍ਰਬੰਧਕ ਸੇਵਾਦਾਰਾਂ ਨੂੰ ਵੀ ਟਰਾਫੀਆਂ ਅਤੇ ਟਰੈਕ ਸੂਟ ਦੇ ਕੇ ਨਿਵਾਜਿਆ ਗਿਆ। ਇਸ ਦੌਰੇ ਭਾਰਤ ਕੇਸਰੀ ਕੁਸ਼ਤੀ ਮੁਕਾਬਲਿਆਂ ਤੇ ਵੱਡੀ ਗਿਣਤੀ ਵਿੱਚ ਪਹੁੰਚੇ NRI ਪਰਿਵਾਰਾਂ, ਦਾਨੀ ਸੱਜਣਾਂ, ਪਹਿਲਵਾਨਾਂ, ਤਕਨੀਕੀ ਮਾਹਰਾਂ, ਪ੍ਰਬੰਧਕਾਂ, ਸੇਵਾਦਾਰਾਂ ਅਤੇ ਸੰਗਤਾਂ ਦਾ ਵਰਤਮਾਨ ਗੱਦੀ ਨਸ਼ੀਨ ਸੰਤ ਬਾਬਾ ਬਲਵੀਰ ਸਿੰਘ ਜੀ ਅਤੇ ਸੰਤ ਬਾਬਾ ਜਸਵੰਤ ਸਿੰਘ ਜੀ ਨੇ ਧੰਨਵਾਦ ਕਰਨ ਦੇ ਨਾਲ ਨਾਲ ਵਿਸ਼ੇਸ਼ ਸਨਮਾਨ ਵੀ ਕੀਤਾ। 200 ਦੇ ਕਰੀਬ ਪਹਿਲਵਾਨਾਂ ਦੇ ਇਸ ਮਹਾਦੰਗਲ ਵਿੱਚ ਵੱਖ ਵੱਖ ਵਰਗਾਂ ਲਈ 8 ਟਾਈਟਲ ਦਿੱਤੇ ਗਏ, ਜਿਸ ਵਿੱਚ 6 ਮਰਦਾਂ ਲਈ ਅਤੇ 2 ਮਹਿਲਾਵਾਂ ਲਈ ਸਨ। ਚੋਟੀ ਦੀ ਕੁਸ਼ਤੀਆਂ ਦੇਖਣ ਲਈ ਦਰਸ਼ਕਾਂ ਵਿੱਚ ਵਧੇਰੇ ਉਤਸ਼ਾਹ ਦੇਖਣ ਨੂੰ ਮਿਲਿਆ। ਸੰਤ ਬਲਵੀਰ ਸਿੰਘ, ਮੁੱਖ ਸੰਚਾਲਕ ਡੇਰਾ ਮੰਨਣਹਾਣਾ, ਨੇ ਕੁਸ਼ਤੀ ਦੰਗਲ ਦੇ ਸਮੂਹ ਸਹਿਯੋਗੀਆਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸ਼੍ਰੀ ਮਾਨ 108 ਸੰਤ ਬਾਬਾ ਹਰੀ ਸਿੰਘ ਜੀ, ਨੇਕੀ ਵਾਲਿਆਂ ਦੀ ਯਾਦ ਵਿੱਚ ਗੁਰਦੁਆਰਾ ਹਰੀਸਰ ਡੇਰਾ ਮੰਨਣਹਾਨਾ ਵਿਖੇ ਕਰਵਾਏ 30ਵੇਂ ਭਾਰਤ ਕੇਸਰੀ ਗੱਭਰੂਆਂ ਲਈ ਅਤੇ 18ਵੇਂ ਭਾਰਤ ਕੇਸਰੀ ਮੁਟਿਆਰਾਂ ਲਈ ਕਰਵਾਏ ਗਏ ਕੁਸ਼ਤੀ ਮੁਕਾਬਲਿਆਂ ਦੀ ਰੌਣਕ ਵਧਾਉਣ ਲਈ ਦੂਰੋਂ ਨੇੜਿਓਂ ਅਤੇ ਦੇਸ਼ ਵਿਦੇਸ਼ ਤੋਂ ਪਹੁੰਚੀ ਸੰਗਤ ਦਾ ਅਸੀਂ ਧੰਨਵਾਦ ਕਰਦੇ ਹਾਂ ਅਤੇ ਆਸ ਕਰਦੇ ਹਾਂ ਕਿ ਭਵਿੱਖ ਵਿੱਚ ਵੀ ਤੁਸੀਂ ਇਸੇ ਤਰ੍ਹਾਂ ਕੁਸ਼ਤੀ ਮੇਲੇ ਦੀ ਰੌਣਕ ਵਧਾਉਂਦੇ ਰਹੋਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੇਸ਼ ਅਤੇ ਵਿਦੇਸ਼ਾਂ ਤੋਂ ਕੋਈ 10,000 ਦੇ ਕਰੀਬ ਦਰਸ਼ਕ ਖੇਡ ਮੇਲੇ ਦੇ ਦੋਨੋਂ ਦਿਨ ਰੋਜ਼ਾਨਾ ਹਾਜ਼ਰੀ ਭਰਦੇ ਸਨ। ਕੁਸ਼ਤੀਆਂ ਦੌਰਾਨ ਸੇਵਾਦਾਰਾਂ ਵੱਲੋਂ ਗੁਰੂ ਕਾ ਲੰਗਰ ਸਮੂਹ ਸੰਗਤ ਅਤੇ ਦਰਸ਼ਕਾਂ ਲਈ ਨਿਰਵਿਘਨ ਜਾਰੀ ਰੱਖਿਆ ਗਿਆ। ਇਹ ਸਾਲਾਨਾ ਕੁਸ਼ਤੀ ਮੁਕਾਬਲੇ ਹਰ ਸਾਲ ਇੱਕ ਵੱਡੇ ਮੇਲੇ ਦਾ ਰੂਪ ਧਾਰਨ ਕਰ ਜਾਂਦੇ ਹਨ। ਅਗਲੇ ਦਿਨ ਧੰਨ ਧੰਨ ਸ਼੍ਰੀ ਮਾਨ 108 ਸੰਤ ਬਾਬਾ ਹਰੀ ਸਿੰਘ ਜੀ ਨੇਕੀ ਵਾਲਿਆਂ ਦੇ ਬਰਸੀ ਸਮਾਗਮ ਹੁੰਦੇ ਹਨ। ਵੱਖ ਵੱਖ ਕੁਸ਼ਤੀ ਮੁਕਾਬਲੇ ਵੱਖ ਵੱਖ ਸ਼ਖਸੀਅਤਾਂ ਵੱਲੋਂ ਆਰੰਭ ਕਰਵਾਏ ਗਏ। ਜਥੇਦਾਰ ਸੁਰਿੰਦਰ ਸਿੰਘ ਭੂਲੇਵਾਲ ਰਾਠਾ, ਹਲਕਾ ਵਿਧਾਇਕ ਗੜਸ਼ੰਕਰ ਵੱਲੋਂ ਵੀ ਜੇਤੂ ਪਹਿਲਵਾਨਾਂ ਨੂੰ ਇਨਾਮ ਤਕਸੀਮ ਕਰਨ ਦੀ ਰਸਮ ਨਿਭਾਈ ਗਈ। ਮੁਟਿਆਰਾਂ ਦੀਆਂ ਕੁਸ਼ਤੀਆਂ ਨੂੰ ਦੇਖ ਕੇ ਹਰ ਕੋਈ ਦੰਦਾਂ ਹੇਠ ਉਂਗਲੀ ਦਬਾਉਣ ਲਈ ਮਜਬੂਰ ਹੋ ਗਿਆ ਅਤੇ ਇਨ੍ਹਾਂ ਕੁਸ਼ਤੀਆਂ ਰਾਹੀਂ ਔਰਤ ਸਮਾਜ ਨੂੰ ਹਰ ਖੇਤਰ ਵਿੱਚ ਅੱਗੇ ਆਉਣ ਲਈ ਪ੍ਰੇਰਣਾ ਮਿਲੀ। ਇਨ੍ਹਾਂ ਮਹਿਲਾ ਪਹਿਲਵਾਨਾਂ ਨੇ ਮਰਦਾਂ ਵਾਂਗ ਕੁਸ਼ਤੀ ਹੁਨਰ ਦਾ ਖੁੱਲ੍ਹ ਕੇ ਪ੍ਰਦਰਸ਼ਨ ਕੀਤਾ। ਹਰ ਕੈਟੇਗਰੀ 'ਚੋਂ ਜੇਤੂ ਪਹਿਲਵਾਨ ਦੇ ਨਾਲ ਨਾਲ ਅਗਲੀਆਂ 3 ਪੋਜੀਸ਼ਨਾਂ ਹਾਸਲ ਕਰਨ ਵਾਲੇ ਪਹਿਲਵਾਨਾਂ ਨੂੰ ਵੀ ਉਹਨਾਂ ਦੇ ਕੋਚਾਂ ਸਮੇਤ ਸਨਮਾਨਿਤ ਕੀਤਾ ਗਿਆ। ਸਨਮਾਨ ਵਿੱਚ ਵੱਡੀ ਨਕਦ ਰਾਸ਼ੀ ਦੇ ਨਾਲ ਨਾਲ ਟਰੈਕ ਸੂਟ ਅਤੇ ਯਾਦਗਾਰੀ ਚਿੰਨ੍ਹ ਵੀ ਸ਼ਾਮਲ ਸਨ। ਕੁਸ਼ਤੀ ਮੁਕਾਬਲਿਆਂ ਦੀ ਸਮਾਪਤੀ ਤੇ ਪ੍ਰਮੁੱਖ ਕੁਸ਼ਤੀ ਕੋਚ ਸ਼੍ਰੀ PR ਸੋਂਦੀ ਨੇ ਜੇਤੂ ਤੇ ਉਪ ਜੇਤੂ ਪਹਿਲਵਾਨਾਂ ਦਾ ਵੇਰਵਾ ਸਾਡੇ ਪ੍ਰਤੀਨਿਧੀ ਸਰਦਾਰ ਅਵਤਾਰ ਸਿੰਘ ਗੋਬਿੰਦਪੁਰੀ ਨਾਲ ਸਾਂਝਾ ਕਰਦੇ ਕਿਹਾ ਕਿ 108 ਸੰਤ ਬਾਬਾ ਹਰੀ ਸਿੰਘ ਜੀ ਨੇਕੀ ਵਾਲਿਆਂ ਦੀ ਯਾਦ ਵਿੱਚ ਦੋਹਰੇ ਭਾਰਤ ਕੇਸਰੀ ਮੁਕਾਬਲੇ ਇਸ ਸਾਲ
ਮੰਨਣਹਾਨਾ ਵਿਖੇ 11, 12, 13 ਮਾਰਚ 2016 ਨੂੰ ਕਰਵਾਏ ਗਏ। ਇਹ ਮੁਕਾਬਲੇ ਸੰਤ ਬਾਬਾ ਬਲਵੀਰ ਸਿੰਘ ਅਤੇ ਸੰਤ ਬਾਬਾ ਜਸਵੰਤ ਸਿੰਘ ਦੀ ਰਹਿਨੁਮਾਈ ਹੇਠ ਹਰੇਕ ਸਾਲ ਕਰਵਾਏ ਜਾਂਦੇ ਹਨ। ਇਸ ਸਾਲ ਟੂਰਨਾਮੈਂਟ ਦੇ ਵਿੱਚ 205 ਪਹਿਲਵਾਨਾਂ ਨੇ ਹਿੱਸਾ ਲਿਆ, ਜਿਨ੍ਹਾਂ ਨੇ 8 ਟਾਈਟਲਾਂ ਦੇ ਵਿੱਚ ਆਪਣੀ ਕਾਰਗੁਜ਼ਾਰੀ ਦਿਖਾਈ। ਭਾਰਤ ਕੇਸਰੀ ਕੁਸ਼ਤੀ ਮੁਕਾਬਲੇ ਦੇ ਵਿੱਚ ਰੂਬਲਜੀਤ ਸਿੰਘ ਨੇ ਜੋਗਿੰਦਰ ਸਿੰਘ ਰੇਲਵੇ ਨੂੰ ਹਰਾ ਕੇ ਭਾਰਤ ਕੇਸਰੀ ਦਾ ਟਾਈਟਲ ਜਿੱਤਿਆ, ਅਤੇ ਭਾਰਤ ਕੇਸਰੀ ਲੜਕੀਆਂ ਵਿੱਚ ਪੂਜਾ ਹਰਿਆਣਾ ਦੀ ਲੜਕੀ ਨੇ ਸੁਖਪਾਲ ਕੌਰ ਅੰਮ੍ਰਿਤਸਰ ਦੀ ਲੜਕੀ ਨੂੰ ਹਰਾ ਕੇ ਭਾਰਤ ਕੇਸਰੀ ਲੜਕੀਆਂ ਦਾ ਟਾਈਟਲ ਜਿੱਤਿਆ, ਅਤੇ ਭਾਰਤ ਕੁਮਾਰ ਲੜਕਿਆਂ ਦੇ ਵਿੱਚ ਸਟੂਡੈਂਟਾਂ ਦੇ ਵਿੱਚ ਰੂਬਲਜੀਤ ਸਿੰਘ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿਦਿਆਰਥੀ ਨੇ ਨਵਨੀਤ ਸ਼ਰਮਾ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿਦਿਆਰਥੀ ਨੂੰ ਹਰਾ ਕੇ ਭਾਰਤ ਕੁਮਾਰ ਦਾ ਟਾਈਟਲ ਜਿੱਤਿਆ, ਅਤੇ ਭਾਰਤ ਕੁਮਾਰੀ ਦਾ ਟਾਈਟਲ ਮੰਜੂ ਰੋਹਤਕ ਦੀ ਪਹਿਲਵਾਨ ਨੇ ਪ੍ਰੀਤੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੀ ਪਹਿਲਵਾਨ ਨੂੰ ਹਰਾ ਕੇ ਭਾਰਤ ਕੁਮਾਰੀ ਦਾ ਟਾਈਟਲ ਜਿੱਤਿਆ, ਅਤੇ 90 ਕਿਲੋ ਵਰਗ ਦੇ ਵਿੱਚ ਸ਼ੇਰੇ ਹਿੰਦ ਦਾ ਟਾਈਟਲ ਦੀਪਕ ਦਲਾਲ ਦਿੱਲੀ ਦੇ ਪਹਿਲਵਾਨ ਨੇ ਰਾਮਵੀਰ ਇੰਡੀਅਨ ਰੇਲਵੇ ਦੇ ਪਹਿਲਵਾਨ ਨੂੰ ਹਰਾ ਕੇ ਸ਼ੇਰੇ ਹਿੰਦ ਦਾ ਟਾਈਟਲ ਜਿੱਤਿਆ, ਅਤੇ ਆਫਤਾਂ ਵਿਹਨ ਦਾ ਟਾਈਟਲ ਜਿੱਤਣ ਦੇ ਵਿੱਚ ਕਾਮਯਾਬ ਹੋਇਆ ਬਿਪਨ ਇੰਡੀਅਨ ਨੇਵੀ ਦਾ ਪਹਿਲਵਾਨ, ਜਿਸ ਨੇ ਵੀਰ ਬੁੱਧ ਸਿੰਘ ਤ੍ਰਿਤਾ ਅਖਾੜਾ ਦੇ ਪਹਿਲਵਾਨ ਨੂੰ ਹਰਾਇਆ, ਅਤੇ ਸਤਾਰੇ ਹਿੰਦ ਟਾਈਟਲ ਵਿੱਚ ਜਸਵੀਰ ਸਿੰਘ ਰੋਹਤਕ ਨੇ ਦਿਨੇਸ਼ ਗੁਲਜ਼ਾਰ ਅਖਾੜਾ ਜ਼ੀਰਕਪੁਰ ਦੇ ਪਹਿਲਵਾਨ ਨੂੰ ਹਰਾ ਕੇ ਸਤਾਰੇ ਹਿੰਦ ਦਾ ਟਾਈਟਲ ਜਿੱਤਿਆ, ਅਤੇ ਸ਼ਾਨੇ ਹਿੰਦ ਟਾਈਟਲ ਦੇ ਵਿੱਚ ਸੋਨੂ ਸੋਨੀਪਤ ਨੇ ਕਮਲ ਸੋਧੀ ਰੈਸਲਿੰਗ ਅਕੈਡਮੀ ਫਗਵਾੜਾ ਦੇ ਪਹਿਲਵਾਨ ਨੂੰ ਹਰਾ ਕੇ ਸ਼ਾਨੇ ਹਿੰਦ ਦਾ ਟਾਈਟਲ ਜਿੱਤਿਆ। ਇਸ ਤਰ੍ਹਾਂ ਇਹ ਟੂਰਨਾਮੈਂਟ ਬਹੁਤ ਹੀ ਵਧੀਆ ਤਰੀਕੇ ਨਾਲ ਸਮਾਪਤ ਹੋਇਆ ਗਿਆ।